ਮੇਰੀ ਇਹ ਵਾਲੀ ਵੀਡੀਓ ਨੀ ਨਾ ਤੁਸੀਂ ਦੇਖੀ, ਬਹੁਤ ਪਛਤਾਓਗੇ। ਮੈਂ ਕਹਿੰਦਾ ਬਹੁਤ ਹੀ ਪਛਤਾਓਗੇ, ਪਛਤਾਉਣ ਤੋਂ ਬਗੈਰ ਹੋਟਲ ਤੁਹਾਡੇ ਕੋਲ ਕੁਛ ਨੀ ਰਹਿ ਜਾਣਾ, ਪਛਤਾਵੇ ਤੋਂ ਬਗੈਰ ਹੋਰ ਕੁਛ ਨੀ ਜੇ ਰਹਿਣਾ ਤੁਹਾਡੇ ਕੋਲ। ਫਿਰ ਕਹਿੰਦੇ ਆ ਜੀ ਰੋਮੀ ਗੰਦੀਆਂ ਤੇ ਮੋਟੀਆਂ। ਸਤਿ ਸ਼੍ਰੀ ਅਕਾਲ ਸਾਰਿਆਂ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਤੇ ਬਜ਼ੁਰਗਾਂ ਨੂੰ। ਇਹ ਵੀਡੀਓ ਸਪੈਸ਼ਲੀ ਉਹਨਾਂ ਮਾਂ ਪਿਓ ਲਈ ਹੈ ਜਿਹੜੇ ਆਪਣੇ ਬੱਚੇ ਦਾ ਵਿਆਹ ਕਰਨ ਬਾਰੇ ਸੋਚ ਰਹੇ ਆ, ਜਿਹੜੇ ਸੋਚ ਰਹੇ ਆ ਕਿ ਹੁਣ ਆਪਣੀ ਜ਼ਿੰਦਗੀ ਤੇ ਲੰਘ ਗਈ ਆ, ਹੁਣ ਆਪਾਂ ਅੱਗੇ ਮਤਲਬ ਆਪਣੀ ਸੇਵਾ ਤੇ ਕਰਵਾ ਲਈਏ, ਹੁਣ ਜਿਹੜੇ ਆਪਣੀ ਜ਼ਿੰਦਗੀ ਦੇ 4 ਦਿਨ ਰਹਿ ਗਏ ਆ, ਤੇ ਉਹਨਾਂ ਨੂੰ ਇਹ ਚੀਜ਼ ਦਾ ਭੁਲੇਖਾ ਰਹਿ ਜਾਂਦਾ ਆ ਵੀ ਇਹ ਜਿਹੜੇ ਤੁਸੀਂ 4 ਦਿਨ ਸੋਚ ਰਹੇ ਹੋ ਨਾ ਜਿਹੜੀ ਜ਼ਿੰਦਗੀ 'ਚ ਸੇਵਾ ਕਰਵਾਉਣ ਬਾਰੇ ਸੋਚਣ ਦੇ ਹੋ, ਉਹ ਤੁਹਾਡੀ ਸੇਵਾ ਨਹੀਂ ਆ, ਉਹ ਤੁਹਾਡੀ ਸੇਵਾ ਦੂਜੀ ਹੋ ਜਾਣੀ ਆ ਜਿਹੜੇ ਲਾਸਟ ਜਿਹੜੇ ਥੋੜ੍ਹੇ ਦਿਨ ਰਹਿ ਜਾਣੇ ਨਾ ਆਪਣੀ ਜ਼ਿੰਦਗੀ ਦੇ। ਜਿਹੜੀ ਜ਼ਿੰਦਗੀ ਦੀ ਉਮੀਦ ਕਰਦਾ ਹਰ ਕੋਈ ਜਾਣਾ ਬੰਦਾ, ਕੋਈ ਬਜ਼ੁਰਗ, ਹਰ ਕੋਈ ਮਤਲਬ ਇਨਸਾਨ ਜਿਹੜੀ ਉਮੀਦ ਕਰਦਾ ਆਪਣੇ ਪੁੱਤਰਾਂ ਤੋਂ, ਆਪਣੇ ਬੱਚਿਆਂ ਤੋਂ, ਉਹ ਕੀ ਆ ਕਿ ਕੋਈ ਵੀ ਅੱਜ ਦੀ ਡੇਟ 'ਚ ਮਾਂ ਪਿਓ ਇਹੋ ਹੀ ਸੋਚਦਾ ਵਾ ਵੀ ਚੱਲ ਹੁਣ ਮੇਰੀ ਉਮਰ ਹੋ ਗਈ ਆ, ਬਥੇਰੀ ਮਿਹਨਤ ਕਰ ਲਈ ਆ, ਹੁਣ ਅੱਗੇ ਆਪਣਾ ਸੁੱਖ ਦਾ ਸਮਾਂ ਆਏਗਾ, ਹੁਣ ਆਪਣੇ ਪੁੱਤਰ ਦਾ ਵਿਆਹ ਕਰਾਂਗੇ ਅਤੇ ਨੂੰਹ ਆਏਗੀ ਘਰ 'ਚ, ਨੂੰਹ ਰਾਣੀ ਆਏਗੀ ਘਰ 'ਚ, ਪੜ੍ਹੀ ਲਿਖੀ ਨੂੰਹ ਆਏਗੀ ਘਰ 'ਚ ਅਤੇ ਸਾਡੀ ਸੇਵਾ ਕਰੇਗੀ, ਸਾਨੂੰ ਮਤਲਬ ਮੰਜੇ ਤੋਂ ਥੱਲੇ ਪੈਰ ਵੀ ਨਹੀਂ ਲਾਹਣ ਦੇਗੀ, ਅਤੇ ਪੈਰ ਲਾਹਣ ਕੀ ਦੇਣੇ, ਪੈਰ ਹੀ ਇੰਨੇ ਸਜਾ ਦਿੱਤੇ ਦੇ ਹੋਣੇ ਕੁੱਟ ਕੁੱਟ ਕੇ, ਅਤੇ ਪੈਰ ਥੱਲੇ ਰੱਖਣ ਦਾ ਮਤਲਬ ਉਹਨੇ ਪੈਰ ਹੀ ਇਹੋ ਜਿਹੇ ਕੁੱਟ ਦਿੱਤੇ ਦੇ ਹੋਣੇ ਵੀ ਥੱਲੇ ਰੱਖਣ ਦੀ ਕੋਈ ਲੋੜ ਹੀ ਨਹੀਂ ਪੈਣੀ। ਉਹਨਾਂ ਨੂੰ ਇਹ ਲੱਗਦਾ ਵਾ ਸਾਨੂੰ ਸਾਡੀ ਨੂੰ ਤੱਤੀਆਂ ਤੱਤੀਆਂ ਪੱਕੀ ਪਕਾ ਕੇ ਦੇਗੀ, ਅਤੇ ਇੰਨਾ ਨਹੀਂ ਪਤਾ ਵੀ ਤੱਤੀਆਂ ਤੱਤੀਆਂ ਸੁਣਾਏਗੀ, ਖਾਣ ਨੂੰ ਕੁਛ ਨਹੀਂ ਮਿਲਣਾ, ਗੱਲਾਂ ਨਾਲ ਹੀ ਬੇਇੱਜ਼ਤੀ ਨਾਲ ਹੀ ਰੱਜ ਕਰਾ ਦੇਣਾ ਕਰਨਾ ਉਹਨੇ। ਇਹ ਬੜੀ ਅੱਛੀ ਬਾਤ, ਕਿਉਂਕਿ ਜਿਹੜੀ ਅੱਜ ਦੀ ਪੜ੍ਹੀ ਲਿਖੀ ਨੂੰਹ ਹੈ ਰੋਟੀ ਪਕਾਉਣੇ ਦੀ ਉਹਨੂੰ ਆਉਂਦੀ ਨਹੀਂ, ਰੋਟੀ ਪਕਾਉਣੀ ਕੀ ਆਟਾ ਹੀ ਗੁੰਨਣਾ ਨਹੀਂ ਆਉਂਦਾ, ਅਤੇ ਰੋਟੀ ਪਕਾਉਣ ਦੀ ਤਾਂ ਬਾਅਦ ਦੀ ਗੱਲ ਹੈ। ਮੈਂ ਨਹੀਂ ਕਹਿੰਦਾ ਵੀ ਇਕੱਲਾ ਕੁੜੀਆਂ ਦਾ ਕਸੂਰ ਆ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਕਸੂਰ ਮੁੰਡਿਆਂ ਦਾ ਵੀ ਓਨਾ ਹੀ ਆ, ਪਰ ਸੱਚਾਈ ਆ ਵਾ ਵੀ ਜੋ ਇਸ ਵੇਲੇ ਕੁੜੀਆਂ ਦੇ ਹੱਕ 'ਚ ਕਾਨੂੰਨ ਹੈ ਉਹਦੀ ਗੱਲ ਕਰਨ ਲੱਗਾ ਮੈਂ, ਵੀ ਨਜਾਇਜ਼ ਜਿਹੜੇ ਕੁੜੀਆਂ ਦੇ ਹੱਕ 'ਚ ਕਾਨੂੰਨ ਨੇ ਜਦੋਂ ਧੱਕਾ ਹੁੰਦਾ ਬਾਅਦ 'ਚੋਂ ਮਾਂ ਪਿਓ ਨਾਲ, ਉਹ ਸਾਰੀ ਗੱਲ ਕਰਾਂਗੇ ਇਹਦੇ ਵਿੱਚੋਂ। ਹੁਣ ਗੱਲ ਇੱਦਾਂ ਵਾ ਵੀ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਉਹਨਾਂ ਮਾਂ ਪਿਓ ਅੱਗੇ ਜਿਹੜੇ ਆ ਸੋਚਦੇ ਆ ਵੀ ਚੱਲ ਹੁਣ ਆਪਾਂ ਬੱਚੇ ਦਾ ਵਿਆਹ ਕਰ ਲਈਏ, ਚਲੋ ਹੁਣ ਅੱਗੇ ਜਿਹੜੇ ਦਿਨ ਆਪਣੇ ਚੰਗੇ ਦਿਨ ਆਉਣਗੇ, ਹੈ ਨਾ, ਸਾਡੀ ਨੂੰਹ ਆਏਗੀ ਸੇਵਾ ਕਰੇਗੀ, ਅਤੇ ਉਹ ਹੁੰਦਾ ਕੀ ਆ ਸਭ ਕੁਛ ਉਹਦੇ ਉਲਟ ਹੋ ਜਾਂਦਾ। ਹੁਣ ਕੋਈ ਵੀ ਅੱਜ ਕੱਲ੍ਹ ਵਿਆਹ ਕਰਦਾ ਵਾ ਮਾਂ ਪਿਓ ਅਤੇ ਘੱਟੋ ਘੱਟ 20 ਲੱਖ ਰੁਪਏ ਤਾਂ ਲੱਗ ਹੀ ਜਾਂਦਾ ਨਾ ਚੰਗਾ ਵਿਆਹ ਕਰਨਾ, ਅਤੇ ਮੈਂ ਸਲਾਹ ਦੇਣਾ ਚਾਹਾਂਗਾ ਵੀ 20 ਲੱਖ ਰੁਪਏ ਤੁਸੀਂ ਵਿਆਹ 'ਚ ਲਾਉਂਦੇ ਹੋ ਨਾ, ਅਤੇ 20 ਲੱਖ ਰੁਪਇਆ ਬਾਅਦ 'ਚੋਂ ਤੁਹਾਨੂੰ ਹੋਰ ਦੇਣਾ ਪੈਣਾ, 40 ਲੱਖ ਹੋਏ। ਉਹ ਕਿੱਦਾਂ ਧੋਤੀ ਖੋਲ ਰਿਹਾ ਅੱਜ ਕੱਲ੍ਹ ਜੋ ਹਾਲਾਤ ਨੇ ਸੋਸ਼ਲ ਮੀਡੀਆ 'ਤੇ ਤੁਸੀਂ ਰੋਜ਼ ਦੇਖਦੇ ਹੀ ਹੋਵੋਗੇ ਕਿ ਕਦੀ ਕੋਈ ਕਲੇਸ਼ ਕਦੀ ਕੋਈ ਕਲੇਸ਼ ਚੱਲ ਰਿਹਾ, ਬਾਅਦ 'ਚੋਂ ਤਲਾਕ ਦੀ ਗੱਲ ਜਦੋਂ ਆਉਂਦੀ ਹੈ ਫਿਰ 20 ਲੱਖ ਰੁਪਏ 'ਚ ਮਤਲਬ ਵੀ ਜਾਣ ਛਡਾਉਂਦੀ ਹੈ। 20 ਲੱਖ ਵਿਆਹ 'ਤੇ ਲਾਇਆ, 20 ਲੱਖ ਬਾਅਦ 'ਚੋਂ ਉਹਨੂੰ ਮਤਲਬ ਅਹੁਦਾ ਦੇਣਾ, ਫਿਰ ਜਾ ਕੇ 40 ਲੱਖ ਰੁਪਏ 'ਚ ਮਤਲਬ ਤੁਹਾਨੂੰ ਇਹ ਵਿਆਹ ਪਿਆ, ਸੁੱਖ 2 ਮਹੀਨੇ ਨਹੀਂ 4-5 ਮਹੀਨੇ ਜੀ, ਬਾਅਦ 'ਚੋਂ ਤਲਾਕ ਅਤੇ 40 ਲੱਖ ਰੁਪਏ ਦਾ ਨੁਕਸਾਨ ਕਰਾ ਕੇ ਬਹਿ ਜਾਣਗੇ, ਫਿਰ ਬਾਅਦ 'ਚ ਕਹਿਣਗੇ ਚੰਗਾ ਪੁੱਤਰਾ ਸਾਡੀ ਕਿਸਮਤ 'ਚ ਹੀ ਇਹੋ ਕੁਛ ਲਿਖਿਆ ਤਾ ਸੀ, ਕਿਸਮਤ 'ਚ ਕੀ ਲਿਖਿਆ ਤਾ ਉਹ ਬਾਅਦ ਦੀ ਗੱਲ ਆ, ਪਰ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਉਹ ਇਹ ਆ ਮੇਰੇ ਹਿਸਾਬ ਨਾਲ ਉਹਨਾਂ ਮਾਂ ਪਿਓ ਨੂੰ ਕੀ ਕਰਨਾ ਚਾਹੀਦਾ ਵਿਆਹ ਕਰਨ ਤੋਂ ਪਹਿਲਾਂ,
ਆਪਣੇ ਪੁੱਤਰ ਲਈ ਨਾ ਇੱਕ ਮਕਾਨ ਬਣਿਆ ਬਣਾਇਆ ਚਾਹੇ ਪਲਾਟ ਲੈ ਕੇ ਬਣਾ ਲਓ, ਵਿਆਹ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ। ਉਹਨੂੰ ਕੀ ਕਰਨਾ ਤੁਸੀਂ ਉੱਥੇ, ਮਤਲਬ ਕਹਿਣਾ ਵੀ ਤੂੰ ਉੱਥੇ ਰਹਿਣਾ, ਕੱਲ੍ਹ ਨੂੰ ਵਿਆਹ ਕਰਨਾ, ਘਰ ਲਿਆਓ, ਠੀਕ ਹੈ, ਫੇਰਾ ਪਾਇਓ ਆਪਣੇ ਘਰ 'ਚ, ਫਿਰ ਉਹਨੂੰ ਉੱਥੇ ਕਹੋ ਵੀ ਤੂੰ ਉੱਥੇ ਰਹਿਣਾ। ਹੁਣ ਉਹਦੇ ਨਾਲ ਕੀ ਹੋਏਗਾ, ਜਿਹੜੀ ਘਰ ਦੇ ਵਿੱਚ ਕਹਿੰਦੇ ਆ ਨਾ ਭਾਂਡੇ ਚਾਰ ਹੋਣ 'ਤੇ ਖੜਕਦੇ ਆ, ਹੈ ਨਾ, ਉਹ ਖੜਕਣੇ ਬੰਦ ਹੋ ਜਾਣਗੇ। ਹੁਣ ਤੁਸੀਂ ਆਪਣੀ ਜ਼ਿੰਦਗੀ 'ਚ ਆਪਣੇ ਸੁੱਖ ਲਈ ਆਪਣੇ ਪੁੱਤਰ ਦਾ ਵਿਆਹ ਕਰਦੇ ਹੋ, ਕੱਲ੍ਹ ਨੂੰ ਵਿਆਹ 'ਚ ਜਦੋਂ ਹੋ ਜਾਣਾ ਸੁੱਖ ਤਾਂ ਬਾਅਦ 'ਚ ਲੱਭਣਾ ਨਹੀਂ ਆ, ਪਰ 3-4 ਮਹੀਨੇ ਬਾਅਦ ਜਿਹੜੇ ਭਾਂਡੇ ਸਿਰ 'ਚ ਵੱਜਣੇ ਆ। ਮੈਂ ਇਹੋ ਜਿਹੇ ਵੀ ਵੇਖੇ ਆ, ਇਹੋ ਜਿਹੇ ਵੀ ਕਾਰਨਾਮੇ ਵੇਖੇ ਆ ਵੀ ਨੂੰਹ ਨੇ ਮਤਲਬ ਤਵਾ ਮਾਰ ਕੇ ਸਿਰ ਪਾਤਾ, ਨੂੰਹ ਨੇ ਤਵਾ ਮਾਰਿਆ ਸਿਰ 'ਚ, ਸਿਰ ਹੀ ਪਾੜਤਾ, ਬਾਅਦ 'ਚੋਂ ਸੱਸ ਪੱਟੀ ਆਉਂ ਬਾਨੀ ਦੀ ਆਉਂ, ਇਹੋ ਜਿਹੇ ਵੀ ਕੇਸ ਹੈਗੇ ਆ। ਅਤੇ ਇਹੋ ਜਿਹੇ ਕੰਮ ਹੋਣ ਨਾਲੋਂ ਚੰਗਾ ਵਾ ਵੀ ਜੇ ਤੁਸੀਂ ਆ ਮੇਰੀ ਗੱਲ ਹੀ ਮੰਨ ਲਓ ਤਾਂ ਹੋ ਸਕੇ ਥੋੜ੍ਹਾ ਫਰਕ ਪੈ ਜੇ, ਹੈ ਨਾ। ਵਿਆਹ ਕਰਨ ਤੋਂ ਪਹਿਲਾਂ ਮਕਾਨ ਲੈ ਤਾ, ਉੱਥੇ ਬਾਅਦ 'ਚੋਂ ਵਿਆਹ ਤੋਂ ਬਾਅਦ ਨੂੰਹ ਨੂੰ ਪੁੱਤਰ ਨੂੰ ਉੱਥੇ ਰੱਖੋ, ਠੀਕ ਆ, ਆਉਣ ਜਾਣ ਆਪਣੇ ਘਰ ਰੱਖੋ, ਪਰ ਉਹਨਾਂ ਦੇ ਵਿੱਚ ਇੰਟਰਫੇਅਰ ਨਾ ਕਰੋ, ਕਿਉਂਕਿ ਹਰ ਕੋਈ ਅੱਜ ਦੀ ਡੇਟ 'ਚ ਆਜ਼ਾਦੀ ਚਾਹੁੰਦਾ। ਮਤਲਬ ਮੁੰਡੇ ਤਾਂ ਚਲੋ ਵਿਆਹ ਤੋਂ ਬਾਅਦ ਉਹਨਾਂ ਦੀ ਤਾਂ ਵੈਸੇ ਖੁਆਇਸ਼ ਇਹੋ ਹੀ ਹੁੰਦੀ ਆ ਵੀ ਚਲੋ ਆਪਣੇ ਮਾਂ ਪਿਓ ਦੀ ਸੇਵਾ ਕਰੇ ਮੇਰੀ ਜਿਹੜੀ ਘਰ ਵਾਲੀ ਆ, ਪਰ ਸੇਵਾ ਤਾਂ ਉਹ ਇੰਨਾ ਨਹੀਂ ਪਤਾ ਵੀ ਉਹ ਆਪਣੀ ਸੇਵਾ ਕਰਵਾਉਣ ਵਾਸਤੇ ਆਈ ਆ, ਤੁਹਾਡੀ ਸੇਵਾ ਕਰਨ ਵਾਸਤੇ ਨਹੀਂ ਆਉਂਦੀ। ਅਤੇ ਉਹਦੇ ਨਾਲ ਕੀ ਹੋਏਗਾ, ਵਿਆਹ ਹੋਣ ਤੋਂ ਬਾਅਦ ਜਗ੍ਹਾ 'ਤੇ ਜਦੋਂ ਤੁਸੀਂ ਉੱਥੇ ਭੇਜ ਦਿਓਗੇ ਉਹਨਾਂ ਨੂੰ, ਉਸ ਤੋਂ ਬਾਅਦ ਕੀ ਹੋਣਾ ਵੀ ਇੱਕ ਤਾਂ ਮਤਲਬ ਵੀ ਇੰਟਰਫੇਅਰੈਂਸ ਜਿਹੜੀ ਆ ਉਹ ਘੱਟ ਜਾਏਗੀ। ਅੱਜ ਕੱਲ੍ਹ ਕਲੇਸ਼ ਘਰ ਦੇ ਵਿੱਚ ਇਹੋ ਹੀ ਆ ਵੀ ਰੋਕਾ ਟੋਕੀ, ਹੈ ਨਾ, ਨੂੰਹ ਚਾਹੁੰਦੀ ਆ ਆਜ਼ਾਦ, ਅੱਜ ਦੀ ਪੜ੍ਹੀ ਲਿਖੀ ਨੂੰਹ ਕਹਿੰਦੀ ਆ ਵੀ ਮੈਨੂੰ ਕੋਈ ਰੋਕਾ ਟੋਕੀ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਨੂੰ ਇਹ ਆ ਵੀ ਮੈਂ ਚਾਹੇ ਜਦੋਂ ਮਰਜ਼ੀ ਆਵਾਂ ਅਤੇ ਜਦੋਂ ਮਰਜ਼ੀ ਜਾਵਾਂ, ਜਿੱਧਰ ਮਰਜ਼ੀ ਜਾਵਾਂ, ਮੈਨੂੰ ਪੁੱਛਣ ਵਾਲਾ ਕੋਈ ਨਾ ਹੋਏ। ਮਤਲਬ ਵੀ ਲੂਰ ਲੂਰ ਜਿੱਥੇ ਮਰਜ਼ੀ ਮੈਂ ਫਿਰਾਂ, ਮੈਨੂੰ ਪੁੱਛਣ ਵਾਲੀ ਕੋਈ ਨਾ, ਕਿ ਸੱਸ ਨਾ ਹੋਏ ਵੀ ਤੂੰ ਪੁੱਤਰ ਕਿੱਧਰੋਂ ਆਈ ਆ ਅਤੇ ਕਿੱਧਰ ਚੱਲੀ ਆ, ਮੇਰਾ ਸਹੁਰਾ ਇੰਨੀ ਗੱਲ ਨਾ ਪੁੱਛੇ ਵੀ ਪੁੱਤਰ ਤੂੰ ਸਿਰ 'ਤੇ ਚੁੰਨੀ ਕਿਉਂ ਨਹੀਂ ਲਈ ਦੀ, ਤੂੰ ਆਹ ਜੀਨ ਜੀ ਕਿੱਦਾਂ ਦੀ ਪਾਲੀ ਦੀ ਆ, ਪਾਟੀ ਜੀ, ਤੂੰ ਇਹ ਕੀ ਪਾਲਿਆ ਦਾ, ਤੂੰ ਇਹ ਕੀ ਮਤਲਬ ਗਰੀਬਣੀ ਬਣੀ ਦੀ ਆ। ਉਹ ਅੱਗੋਂ ਕਹਿੰਦੀ ਆ ਵੀ ਤੁਸੀਂ ਤਾਂ ਨੌਨਸੈਂਸ ਹੋ, ਤੁਸੀਂ ਤਾਂ ਪੁਰਾਣੇ ਬੁੱਢੇ ਹੋ, ਤੁਸੀਂ ਤਾਂ ਮਤਲਬ ਅਨਪੜ੍ਹ ਲੋਕ ਹੋ, ਤੁਹਾਨੂੰ ਕੀ ਪਤਾ, ਮੈਂ ਤਾਂ ਮਤਲਬ 10,000 ਦੀ ਪੈਂਟ ਲੈ ਕੇ ਆਈ ਹਾਂ। ਹਾਂ, ਜਿਹੜੇ ਕਿਸੇ ਟਾਈਮ ਪਾਟੇ ਦੇ ਕੱਪੜੇ ਗਰੀਬ ਪਾਉਂਦੇ ਰਹੇ, ਅੱਜ ਕੱਲ੍ਹ ਉਹ ਫੈਸ਼ਨ ਆ 10,000-10,000 ਰੁਪਏ ਦੀ, ਕਹਿੰਦੀ ਮੈਂ 20,000 ਰੁਪਏ ਦੀ ਪੈਂਟ ਲੈ ਕੇ ਆਈ ਹਾਂ ਅਤੇ ਤੂੰ ਮੇਰੀ ਬੇਇੱਜ਼ਤੀ ਕਰਨ ਡਿਆ। ਸਹੁਰੇ ਨੂੰ ਅੱਗੋਂ ਇਹ ਕਹਿਣਗੀਆਂ ਵੀ ਤੁਹਾਨੂੰ ਕੀ ਪਤਾ, ਤੁਹਾਨੂੰ ਵੀ ਕੀ ਪਤਾ ਵੀ ਬੇਰ ਦੀ ਉਹ ਬੁੰਡ ਕਿੱਧਰ ਹੁੰਦੀ ਆ। ਉਹ ਕਹਿਣ ਦਾ ਮਤਲਬ ਇਹ ਅੱਜ ਕੱਲ੍ਹ ਦੀਆਂ ਨੂੰਹਾਂ ਆ, ਅਤੇ ਅੱਗੋਂ ਕਹਿਣਗੀਆਂ ਵੀ ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ, ਤੁਸੀਂ ਤਾਂ ਮਤਲਬ ਲੱਲੂ ਹੋ, ਦੁਨੀਆਂ 'ਤੇ ਆਪਾਂ ਵੇਖੀ ਆ। ਹਾਂ, ਇਹ ਸਾਡੇ ਤੋਂ ਮਤਲਬ ਬਾਅਦ 'ਚੋਂ ਆ ਕੇ ਇਹ ਸਭ ਕੁਝ ਇਹਨਾਂ ਨੂੰ ਪਤਾ ਵਾ, ਅਤੇ ਮਾਂ ਪਿਓ ਨੂੰ ਕੁਛ ਨਹੀਂ ਪਤਾ, ਮਾਂ ਪਿਓ ਦੇ ਵਾਕਿਆ ਫੁੱਦੂ ਹੀ ਨੇ। ਅਤੇ ਮੈਂ ਉਹਨਾਂ ਮਾਂ ਪਿਓ ਨੂੰ ਇਹੋ ਹੀ ਰਿਕੁਐਸਟ ਕਰਨਾ ਚਾਹੁੰਦਾ ਵੀ ਕਿਉਂ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਬਚੀ ਆ ਉਹਨੂੰ ਤੁਸੀਂ ਨਰਕ ਬਣਾਉਣਾ ਚਾਹੁੰਦੇ ਹੋ। ਇਹ ਵਿਆਹ ਤੋਂ ਬਾਅਦ ਇਹ ਕਿਸੇ 'ਤੇ ਉਮੀਦ ਨਾ ਰੱਖਿਓ ਵੀ ਤੁਹਾਡਾ ਪੁੱਤਰ ਜਿਹੜਾ ਵਾ, ਪੁੱਤਰ ਤੁਹਾਡਾ ਸਹੀ ਆ, ਪਰ ਇਹ ਉਮੀਦ ਨਾ ਰੱਖਿਓ ਵੀ ਤੁਹਾਨੂੰ ਜਿਹੜੀ ਨੂੰਹ ਆ ਪੜ੍ਹੀ ਲਿਖੀ ਆ ਤੁਹਾਡੀ ਸੇਵਾ ਕਰੇਗੀ। ਸੇਵਾ ਤਾਂ ਉਹਨੇ ਜਿਹੜੀ ਤੁਹਾਡੀ ਬਾਅਦ 'ਚ ਥਾਣੇ 'ਚ ਕਰਵਾਉਣੀ ਆ ਨਾ, ਪੈਸੇ ਦੇ ਕੇ ਉਹਨਾਂ ਦੇ ਮਾਂ ਪਿਓ ਨੇ, ਵੀ ਇਹਨਾਂ ਦੀ ਸੇਵਾ ਚੰਗੀ ਹੋਣੀ ਚਾਹੀਦੀ ਆ। ਨੀਲ ਪਵਾ ਦਿਓ ਇਹਨਾਂ ਦੇ, ਜਰਾ ਚੰਗੀ ਸੇਵਾ ਕਰਿਓ ਥਾਣੇਦਾਰ ਸਾਹਿਬ, ਤਾਂ ਫਿਰ ਜਿਹੜੀ ਸੇਵਾ ਹੁੰਦੀ ਆ ਬਾਅਦ 'ਚੋਂ ਮਾਂ ਪਿਓ ਕਹਿੰਦੇ ਵੀ ਵਾਹ ਆਹ ਹੋਈ ਸਾਡੀ ਸੇਵਾ, ਬਾਅਦ 'ਚੋਂ ਕਹਿਣਗੇ ਵੀ ਆਹ ਤਾਂ ਸਾਡੀ ਕਰਮਾਂ 'ਚ ਹੀ, ਸਾਡੇ ਕਿਸਮਤ 'ਚ ਹੀ। ਜਿਹੜੀ ਕਈ ਵਾਰੀ ਚੀਜ਼ ਇਹੋ ਜਿਹੀ ਹੁੰਦੀ ਹੈ ਜਿਹੜੀ ਆਪਾਂ ਆਪ ਕਰਦੇ ਹਾਂ, ਸਾਨੂੰ ਪਤਾ ਹੁੰਦੇ ਹੋਏ ਵੀ ਆਪਾਂ ਜਾਣ ਬੁੱਝ ਕੇ ਪੰਗਾ ਲੈਂਦੇ ਹਾਂ, ਹੈ ਨਾ। ਅਤੇ ਮੈਂ ਉਹਨਾਂ ਮਾਂ ਪਿਓ ਨੂੰ ਕਹਿੰਦਾ ਵੀ ਸੇਵਾ ਕਰਵਾਉਣੀ ਹੈ ਤਾਂ ਤਰੀਕੇ ਨਾਲ ਚੱਲੋ, ਨਹੀਂ ਤਾਂ ਬਾਅਦ 'ਚੋਂ ਜਿਹੜੇ ਤੁਹਾਡੇ ਮੋਰ ਸੇਕਣੇ ਆ ਨਾ, ਜਿਹੜੇ ਉਹ ਬਾਅਦ 'ਚੋਂ ਝੂਠੇ ਕੇਸ ਪੈਂਦੇ ਆ, ਪਤਾ ਹੀ ਆ ਤੁਹਾਨੂੰ ਅੱਜ ਕੱਲ੍ਹ ਜਿਹੜੇ ਕੁੜੀਆਂ ਦੇ ਹੱਕ 'ਚ ਨਜਾਇਜ਼ ਕੇਸ, ਮਤਲਬ ਜਿੱਦਾਂ ਦਾ ਮਰਜ਼ੀ ਕੁੜੀ ਚਾਹੇ ਉਹੀ ਕੇਸ ਪਵਾ ਸਕਦੀ ਆ।
ਮੁੰਡੇ ਦੇ ਹੱਕ ਚ ਭਾਵੇਂ ਜਿੰਨੇ ਮਰਜ਼ੀ ਪਰੂਫ ਹੋਣ, ਜਿੰਨੇ ਮਰਜ਼ੀ ਸਬੂਤ ਹੋਣ, ਪਰ ਕਾਨੂੰਨ ਨੀ ਇਹਨਾਂ ਚੀਜ਼ਾਂ ਨੂੰ ਮੰਨਦਾ। ਉਹ ਕਹਿੰਦੇ ਵੀ ਤੁਸੀਂ ਤੁਹਾਡੀ ਤੁਸੀਂ ਮੁੰਡੇ ਹੋ, ਤੁਹਾਡੇ ਮੁੰਡੇ ਵਾਲੇ ਉਹ ਤੁਹਾਡੀ ਕੋਈ ਨੀ ਮੰਨੀ ਜਾਣੀ, ਜੋ ਵੀ ਝੂਠ ਹੋਏ ਭਾਵੇਂ ਜੋ ਮਰਜ਼ੀ ਹੈ, ਜੇ ਕੁੜੀ ਨੇ ਕਹਿ ਤਾ ਉਹ ਸੱਚ ਹੈ। ਉਹਦਾ ਕਹਿਣਗੇ ਵੀ ਸਭ ਹੱਕ ਬਰਾਬਰ ਹੈ, ਤੇ ਜਦੋਂ ਹੱਕ ਦੀ ਗੱਲ ਆਉਂਦੀ ਹੈ ਉਦੋਂ ਕੁੜੀ ਦੀ ਸੁਣਵਾਈ ਹੋਣੀ ਹੈ, ਮੁੰਡੇ ਦੀ ਨਹੀਂ ਹੋਣੀ। ਤੇ ਇਸ ਕਰਕੇ ਜਿਹੜੇ ਆਪਣਾ ਬਚਿਆ ਟਾਈਮ ਹੈ ਸੇਵਾ ਦਾ, ਜਾਂ ਆਪਣੀ ਜਿਹੜੀ ਉਮਰ ਬਚੀ ਹੈ ਵੀ ਜਿਹਦੇ ਵਿੱਚ ਤੁਸੀਂ ਕਹਿੰਦੇ ਵੀ ਤੁਹਾਨੂੰ ਸੁੱਖ ਮਿਲੇ, ਉਹਦੇ ਵਿੱਚ ਕੋਟਾ ਕਚਹਿਰੀਆਂ ਦੇ ਧੱਕੇ ਨਾ ਖਾਣੇ ਪੈਣ, ਬਾਅਦ 'ਚ ਤੁਸੀਂ ਕਹੋ ਵੀ ਇਹ ਉਮਰ ਆ ਕੇ ਹੁਣ ਮਤਲਬ ਇਹ ਦਿਨ ਵੀ ਵੇਖਣੇ ਪੈ ਗਏ। ਇਸ ਕਰਕੇ ਕੁੜੀ ਅਨਪੜ੍ਹ ਲਿਆਇਓ, ਪਿੰਡ 'ਚੋਂ ਲਿਆਇਓ, ਰਿਸ਼ਤੇਦਾਰੀ ਦੇ ਵਿੱਚ ਕਿਸੇ ਨੂੰ ਮਤਲਬ ਇਹ ਨਾ ਵੇਖਿਓ ਵੀ ਉਹ ਸੌਖੇ ਨਹੀਂ ਆ, ਘਰੋਂ ਗਰੀਬ ਹੈ ਜਾਂ ਕੁਝ ਦੇਣਗੇ ਜਾਂ ਕੀ ਹੈ ਨਾ। ਚਾਰਾਂ ਕੱਪੜਿਆਂ 'ਚ ਲੈ ਕੇ ਆ ਜਾਇਓ ਕੁੜੀ ਨੂੰ, ਚਾਹੇ ਅਨਪੜ੍ਹ ਹੀ ਹੋਏ ਕੋਈ ਚੱਕਰ ਨਹੀਂ, ਪਰ ਕੁੜੀ ਉੱਥੋਂ ਪਛਾਣੀ ਜਾਂਦੀ ਹੈ ਕਰੈਕਟਰ ਤੋਂ, ਕੁੜੀ ਪਛਾਣੀ ਜਾਂਦੀ ਹੈ ਚਰਿੱਤਰ ਤੋਂ, ਕੁੜੀ ਪਛਾਣੀ ਜਾਂਦੀ ਹੈ ਖਾਨਦਾਨ ਤੋਂ। ਵਿਆਹ ਤੋਂ ਪਹਿਲਾਂ ਹਮੇਸ਼ਾ ਕੁੜੀ ਨੂੰ ਨਹੀਂ ਵੇਖਣਾ, ਕੁੜੀ ਦੇ ਮਾਂ ਪਿਓ ਨੂੰ, ਕੁੜੀ ਦੀ ਮਾਂ ਨਾ ਉਹਦੇ ਬਾਰੇ ਪੁੱਛੋ ਵੀ ਮਾਂ ਕਿੱਦਾਂ ਦੀ ਹੈ, ਠੀਕ ਹੈ ਨਾ। ਫਿਰ ਅੱਗੇ ਰਿਸ਼ਤਾ ਕਰੋ, ਫਿਰ ਅੱਗੇ ਤੁਹਾਡੀ ਜਿਹੜੀ ਜ਼ਿੰਦਗੀ ਬਚੀ ਆ ਉਹ ਥੋੜ੍ਹੇ ਦਿਨ ਚੰਗੇ ਨਿਕਲ ਸਕਦੇ ਆ, ਨਹੀਂ ਤਾਂ ਬਾਅਦ 'ਚੋਂ ਜਿਹੜਾ ਬਾਕੀ ਬਚਿਆ ਟਾਈਮ ਛਿੱਤਰ ਨਾ ਕਿਤੇ ਖਾਂਦੇ ਲੰਘ ਜਾਣ। ਇਸ ਕਰਕੇ ਮੈਂ ਤਾਂ ਇਹੋ ਹੀ ਕਹਿੰਦਾ ਹਾਂ ਕਿ ਆਪਣੀ ਜ਼ਿੰਦਗੀ 'ਚ ਕੋਈ ਵੀ ਫੈਸਲਾ ਲੈਣਾ ਸੋਚ ਸਮਝ ਕੇ ਲਓ। ਆਪਣੇ ਬੱਚੇ ਨੂੰ ਵੱਖਰਾ ਮਕਾਨ ਲੈ ਕੇ ਦਿਓ, ਉਹਨੂੰ ਬਣਾ ਕੇ ਦਿਓ, ਚਾਹੇ ਵਿਆਹ ਤੋਂ ਪਹਿਲਾਂ ਕੁਛ ਵੀ ਕਰਕੇ ਉੱਥੇ ਤੁਸੀਂ ਉਹਨੂੰ ਰੱਖੋ, ਆਪਣੀ ਨੂੰਹ ਨੂੰ, ਜਿਹੜਾ ਤੁਹਾਡੇ ਆਉਣ ਜਾਣ ਵੀ ਲੱਗਿਆ ਰਹੇ, ਪਿਆਰ ਵੀ ਬਣਿਆ ਰਹੇ, ਰੋਕਾ ਟੋਕੀ ਉਹਨੂੰ ਪਸੰਦ ਨਹੀਂ। ਅੱਜ ਦੀ ਪੜ੍ਹੀ ਲਿਖੀ ਕੁੜੀ ਨੂੰ ਇਹ ਚੀਜ਼ਾਂ ਨਹੀਂ ਪਸੰਦ, ਜੇ ਬਾਅਦ 'ਚੋਂ ਨਾ ਕਿਹੋ ਵੀ ਕੁੜੀਆਂ ਪਤਾ ਨਹੀਂ ਇੱਦਾਂ ਪੜ੍ਹੀ ਲਿਖੀ ਅੱਜ ਦੀ ਜ਼ਮਾਨੇ ਦੀ ਕੁੜੀ ਹੈ, ਠੀਕ ਹੈ। ਇਹਨਾਂ ਚੀਜ਼ਾਂ 'ਚ ਮਤਲਬ ਵੀ ਉਹਨੂੰ ਰੋਟੀ ਬਣਾਉਣੀ ਆਉਂਦੀ ਨਾ ਆਉਂਦੀ ਹੋਏ, ਪਰ ਰੀਲਾਂ ਉਹਨੂੰ ਜ਼ਰੂਰ ਆਉਂਦੀਆਂ ਵਾ। ਸੋਸ਼ਲ ਮੀਡੀਆ 'ਤੇ ਕਿਹੜੀ ਕਿੱਦਾਂ ਚੀਜ਼ ਕਰਨੀ ਹੈ, ਕਿਹੜਾ ਠੁਮਕਾ ਭਾਵੇਂ ਉਹਨੂੰ ਆਉਂਦਾ ਵੀ ਹੋਏ, ਭਾਵੇਂ ਨਾ, ਉਹਨੂੰ ਇੱਕੋ ਵਾਰੀ ਵੇਖ ਕੇ ਸਿੱਖ ਲੈਣਾ ਹੁੰਦਾ, ਪਰ ਰੋਟੀ ਬਣਾਉਣੇ ਉਹਨੂੰ ਤੁਸੀਂ ਭਾਵੇਂ 50 ਵਾਰੀ ਸਿਖਾ ਦਿਓ, ਉਹਨੇ ਨਹੀਂ ਬਣਾਉਣੀ। ਉਹਨੂੰ ਪਤਾ ਜੇ ਰੋਟੀ ਬਣਾਤੀ ਤਾਂ ਫਿਰ ਮੈਨੂੰ ਬਣਾਉਣੇ ਪੈਣੀ ਹੈ। ਉਹਦੇ ਨਾਲ ਚੰਗਾ ਦੇਖੋ ਇੱਕ ਵਧੀਆ ਆਪਸ਼ਨ ਹੈਗੀ ਆ, ਸਵੀਗੀ ਕਰੋ ਔਡਰ, ਜੋਮੈਟੋ ਔਡਰ ਕਰੋ, ਚਾਹੇ ਜਦੋਂ ਮਰਜ਼ੀ ਰੋਟੀ ਭੁੱਖ ਲੱਗੀ ਬੰਦੇ ਨੂੰ, ਮਿੰਟ 'ਚ ਮਤਲਬ ਬੰਦਾ ਵੀ ਖੁਸ਼ ਹੋ ਜਾਂਦਾ ਵੀ ਵਾਹ ਯਾਰ ਮਿੰਟ 'ਚ ਹੀ ਔਡਰ ਕਰਤਾ, ਵੇਖੋ ਰੋਟੀ ਆ ਗਈ। ਇਹ ਨਹੀਂ ਵੀ ਉਹਨੇ ਰੋਟੀ ਬਣਾ ਕੇ ਖੋ, ਇਹ ਸਾਡੀਆਂ ਮਾਵਾਂ ਹੀ, ਸਾਡੀਆਂ ਜਿਹੜੀਆਂ ਪੁਰਾਣੇ ਜਿਹੜੇ ਸਾਡੇ ਜਨਮ ਦੀਆਂ ਕੁੜੀਆਂ ਸੀ, ਉਹੀ ਆ ਜਿਹੜੀਆਂ ਰਾਤ ਨੂੰ ਜੇ ਆਪਾਂ ਕਹਿ ਦਈਏ ਭੁੱਖ ਲੱਗੀ ਆ, ਤੇ ਉਹਨਾਂ ਨੇ ਨਹੀਂ ਵੇਖਣਾ ਵੀ ਰਾਤ ਆ ਜਾਂ ਜੋ ਮਰਜ਼ੀ ਆਟਾ ਗੁੰਨ ਕੇ ਉਸੇ ਵੇਲੇ ਰੋਟੀ ਪਕਾ ਕੇ ਦੇ ਦੇਣੀ ਆ। ਇਹ ਉਹ ਕੁੜੀਆਂ ਨਹੀਂ ਆ, ਇਹ ਅੱਜ ਕੱਲ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੇ, ਜਿਹੜੀਆਂ ਅੱਜ ਕੱਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੀਆਂ ਕੁੜੀਆਂ ਨੇ, ਆਜ਼ਾਦ ਕੁੜੀਆਂ ਨੇ, ਆਜ਼ਾਦ ਮੁਲਕ ਦੀਆਂ ਕੁੜੀਆਂ ਨੇ, ਠੀਕ ਹੈ ਨਾ, ਉੱਚੀ ਸੋਚ ਦੀਆਂ ਕੁੜੀਆਂ ਨੇ। ਇਸ ਕਰਕੇ ਰੋਟੀ ਰਾਟੀ ਪਕਾਉਣੀ, ਝਾੜੂ ਪੋਚਾ ਮਾਰਨਾ, ਇਹ ਕੱਪੜੇ ਧੋਣੇ, ਇਹ ਅੱਜ ਦੀ ਕੁੜੀ ਦਾ ਮਤਲਬ ਸ਼ੋਭਾ ਥੋੜ੍ਹੀ ਦਿੰਦੀਆਂ ਚੀਜ਼ਾਂ, ਨਾ, ਇਹ ਅੱਜ ਦੀ ਕੁੜੀਆਂ ਲਈ ਨਹੀਂ ਹੈ। ਪੜ੍ਹੀ ਲਿਖੀ ਕੁੜੀ ਇਹ ਚੀਜ਼ਾਂ ਕਰੇ ਤੇ ਉਹ ਮਤਲਬ ਪੇਂਡੂ ਮੰਨੀ ਜਾਏਗੀ, ਅਨਪੜ੍ਹ ਮੰਨੀ ਜਾਏਗੀ। ਇਹ ਬੜੀ ਅੱਛੀ ਬਾਤ ਕਹੀ ਆ। ਕੀ ਆਉਣ ਵਾਲੇ ਟਾਈਮ 'ਚ ਲੋਕਾਂ ਨੇ ਕਹਿਣਾ, ਇਹ ਮਤਲਬ ਕਿੱਦਾਂ ਦੀ ਕੁੜੀ ਹੋਈ ਬਈ, ਪਤਾ ਨਹੀਂ ਕਿਹੜੇ ਖਾਨਦਾਨ ਤੋਂ ਆ, ਇਹ ਅਨਪੜ੍ਹ ਹੈ, ਇਹ ਗਰੀਬ ਹੈ, ਇਹਨੇ ਤਾਂ ਪੂਰੇ ਕੱਪੜੇ ਪਾਏ। ਜਿਹੜੀ ਜਿੰਨੇ ਘੱਟ ਕੱਪੜੇ ਪਾਏਗੀ ਉਹ ਓਨੀ ਜ਼ਿਆਦਾ ਪਛਾਣੀ ਜਾਏਗੀ ਵੀ ਚੰਗੇ ਖਾਨਦਾਨ ਤੋਂ ਆ। ਕਸੂਰ ਮੈਂ ਨਹੀਂ ਕਹਿੰਦਾ ਵੀ ਇਕੱਲਾ ਕੁੜੀਆਂ ਦਾ, ਮੁੰਡਿਆਂ ਦਾ ਵੀ ਕਸੂਰ ਆ। ਅੱਜ ਵਿਆਹ ਹੋਣਾ, ਕੱਲ ਹੀ ਰੀਲ ਪਾ ਦੇਣੀ ਹੈ ਵੀ ਆਹ ਵੇਖੋ ਮੇਰੀ ਜਨਾਨੀ ਤੇ ਬਹੁਤ ਵਧੀਆ ਡਾਂਸ ਕਰਦੀ ਆ, ਆਹ ਵੇਖੋ ਠੁਮਕਾ ਮਾਰਦੀ, ਆਹ ਵੇਖੋ ਕਿੱਦਾਂ ਪਿਛਾ ਕਰਦੀ ਆ ਪਿਛੇ ਨੂੰ। ਬਾਅਦ ਚੋਂ ਕਸੂਰ ਮਤਲਬ ਇਹ ਨਹੀਂ ਕਿ ਇਕੱਲਾ ਕੁੜੀ ਦਾ ਹੀ ਆ, ਕੰਮ ਵੈਸੇ ਛਿੱਤਰਾਂ ਵਾਲੇ ਮੁੰਡਿਆਂ ਦੇ ਵੀ ਆ, ਜਿਹੜੇ ਅੱਜ ਕੱਲ੍ਹ ਕਈ ਮਤਲਬ ਵਿਆਹ ਕਰਨ ਤੋਂ ਬਾਅਦ ਨਾਲ ਹੀ ਆਪਣੀ ਜਨਾਨੀ ਨੂੰ ਪ੍ਰਮੋਸ਼ਨ ਬਣਾ ਦੇਣਗੇ, ਨਾਲ ਹੀ ਆਪਣੀ ਜਨਾਨੀ ਮਸ਼ਹੂਰੀ ਬਣਾ ਦੇਣਗੇ, ਸਾਰੀ ਦੁਨੀਆਂ ਨੂੰ ਦਿਖਾਣਗੇ ਵੀ ਆਹ ਮੇਰੀ ਜਨਾਨੀ ਦੇਖੋ, ਪੂਰੀ ਵੇਖਿਓ ਥੱਲੋਂ ਲੈ ਕੇ ਉੱਪਰ ਤੱਕ, ਅੱਗੋਂ ਪਿੱਛੋਂ ਵੇਖਿਓ ਵੀ ਸਹੀ ਆ ਕਿ ਪਾਸੋਂ ਨੁਕਸ ਤੇ ਨਹੀਂ। ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ।
ਤੇ ਪੁੱਛਣਗੇ ਲੋਕਾਂ ਨੂੰ ਵੀ ਦੱਸੋ ਕਿੱਦਾਂ ਲੱਗੀ ਜਨਾਨੀ ਮੇਰੀ। ਉਹ ਜਨਾਨੀ ਤੇਰੀ ਲੋਕਾਂ ਨੂੰ ਪੁੱਛਣ ਡਿਆ, ਫਿਰ ਬਾਅਦ ਚ ਕਹਿਣਗੇ ਲਿਆ ਚੈੱਕ ਕਰੀਏ ਤੇ ਫਿਰ ਕਹਿਣਗੇ ਜਾਨੋ ਮਾਰ ਦਿਆਂਗੇ ਆਉਂ ਕਰ ਦਿਆਂਗੇ ਜਿਉਂ ਕਰ ਦਿਆਂਗੇ। ਅੱਛਾ ਆਪ ਕਹਿ ਰਹੇ ਵੀ ਦੱਸਿਓ ਕਿੱਦਾਂ ਦੀ ਲੱਗੇ, ਨੀ ਜੇ ਕੋਈ ਕਹਿੰਦੇ ਲਿਆ ਚੈੱਕ ਕਰੀਏ ਭਲਾ ਕਿੱਦਾਂ ਦੀ ਆ, ਕਿਹੜੀ ਕੰਪਨੀ ਦੀ ਆ ਵੇਖੀਏ ਭਲਾ, ਫਿਰ ਕਹਿੰਗਾ ਮਾਰ ਦੇਣਗੇ ਜਾਨੋ ਤੂੰ ਮੇਰੀ ਏਦਾਂ ਜਨਾਨੀ ਨੂੰ, ਤੂੰ ਆਪ ਹੀ ਤੇ ਕਹਿ ਰਹੇ। ਚਲੋ ਬਸ ਇਹੋ ਹੀ ਅੱਜ ਦੀ ਮੇਰੀ ਵੀਡੀਓ ਸੀ। ਹੱਥ ਜੋੜ ਕੇ ਬੇਨਤੀ ਆ ਮਾਂ ਪਿਓ ਨੂੰ ਜਿਹੜੇ ਵੀ ਆ ਮੇਰੀ ਵੀਡੀਓ ਵੇਖ ਰਹੇ ਆ, ਜੋ ਮੈਂ ਗੱਲਾਂ ਕਹੀਆਂ ਉੱਤੇ ਗੌਰ ਕਰ ਲਿਓ, ਨਹੀਂ ਤੇ ਬਹੁਤ ਬੁਰਾ ਹਾਲ ਹੋਣਾ ਜੇ, ਬਹੁਤ ਬੁਰਾ ਹਾਲ ਹੋਣਾ ਜੇ ਉਹ ਚੀਜ਼ਾਂ ਦੇਖ ਲਓਗੇ ਜਿਹੜੀਆਂ ਤੁਸੀਂ ਕਦੀ ਜ਼ਿੰਦਗੀ 'ਚ ਸੋਚੀਆਂ ਵੀ ਨਹੀਂ ਹੋਣਗੀਆਂ। ਇਸ ਕਰਕੇ ਪੜ੍ਹੀ ਲਿਖੀ ਕੁੜੀ ਆ, ਸੋਚ ਸਮਝ ਕੇ ਵੀ ਜੇ ਛਿੱਤਰ ਖਾਣੇ ਆ ਜਾਂ ਕਿੱਦਾਂ, ਫਿਰ ਜਿਹੜੀਆਂ ਗੱਲਾਂ ਮੈਂ ਕਹੀਆਂ ਉਹਦੇ ਖਿਲਾਫ ਚੱਲ ਪਿਓ, ਅਤੇ ਜੇ ਅੱਗੇ ਚਾਹੁੰਦੇ ਹੋ ਵੀ ਜ਼ਿੰਦਗੀ 'ਚ ਥੋੜ੍ਹੇ ਸੁੱਖ ਦੇ ਦਿਨ ਵੇਖ ਲਓ, ਅਤੇ ਜੋ ਮੈਂ ਦੱਸਿਆ ਵੀ ਇੱਕ ਛੋਟੇ ਜਿਹੇ ਘਰ ਤੋਂ ਕੁੜੀ ਲਾਇਓ, ਗਰੀਬ ਪਰਿਵਾਰ ਤੋਂ ਕੁੜੀ ਲਾਇਓ, ਅਨਪੜ੍ਹੀ ਲਾਇਓ, ਉਹਦੀ ਸੇਵਾ ਉਹਨੇ ਤੁਹਾਡੀ ਸੇਵਾ ਵੀ ਕਰ ਲੈਣੀ ਹੈ, ਉਹ ਤੁਹਾਡੀ ਇੱਜ਼ਤ ਵੀ ਕਰੇਗੀ, ਘਰ ਦੀ ਇੱਜ਼ਤ ਨੂੰ ਬਚਾ ਕੇ ਰੱਖੇਗੀ। ਅਤੇ ਜੇ ਤੁਸੀਂ ਕਹੋਗੇ ਵੀ ਮੈਂ ਪੜ੍ਹੀ ਲਿਖੀ ਲਿਆਉਣੀ ਆ, ਲੋਕਾਂ ਨੂੰ ਦੱਸਣਾ ਆ ਵੀ ਅੱਜ ਬੜੇ ਉੱਚੇ ਖਾਨਦਾਨ 'ਚ ਵਿਆਹ ਕਰ ਲਿਆ ਵਾ, ਬੜੀ ਸਾਡੀ ਕੁੜੀ ਵੇਖੋ ਨੂੰਹ ਕਿੰਨੀ ਸੋਹਣੀ ਹੈ, ਇੱਦਾਂ ਦੇ ਸੂਟ ਪਾਉਂਦੀ ਹੈ ਜਾਂ ਇਹ ਉਹ ਕੁਛ ਵੀ, ਅਤੇ ਫਿਰ ਤੁਸੀਂ ਭੁੱਲ ਜਾਓ ਵੀ ਸੇਵਾ ਕਰਵਾ ਸਕੋਗੇ, ਫਿਰ ਤੇ ਸੇਵਾ ਨਹੀਂ ਹੋਣੀ, ਗੱਲ ਕੀ ਹੈ ਇਹ ਹੋਣਾ, ਫਿਰ ਇਹ ਗੱਲ ਕੀ ਹੈ ਤੈਨੂੰ, ਗੱਲ ਕੀ ਹੈ, ਇਹੋ ਕੁਛ ਹੀ ਹੁੰਦੇ ਰਹਿਣਾ ਕਰਨਾ, ਗੱਲ ਕੀ ਹੈ ਤੈਨੂੰ, ਨੂਹੇ ਕੀ ਗੱਲ ਕੀ ਹੈ, ਉਹਨੇ ਕਹਿਣਾ ਸੱਸੇ ਤੈਨੂੰ ਗੱਲ ਕੀ ਹੈ, ਉਹ ਗੱਲ ਕੀ ਹੈ, ਕਿਉਂ ਭੈਣ ਜੋ ਸਿਰ ਪਾੜ ਅੜਿਆ ਇੱਕ ਦੂਜਿਆਂ ਦੇ, ਭੈਣ ਦਿਆ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ। ਵੀਡੀਓ ਚੰਗੀ ਲੱਗੇਗੀ, ਜਿਹੜਾ ਮਾਂ ਪਿਓ ਨੂੰ ਚੰਗੀ ਲੱਗੀ ਹੋਏਗੀ ਮੇਰੀ ਗੱਲ ਹੈ ਸਲਾਹ, ਤੇ ਜ਼ਰੂਰ ਗੌਰ ਕਰਿਓ, ਬਾਕੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਨਵੀਂ ਇਨਫੋਰਮੇਟਿਵ ਵੀਡੀਓ ਨਾਲ, ਇਨਫੋਰਮੇਸ਼ਨ ਦੇਵਾਂਗੇ ਤੁਹਾਨੂੰ ਕੋਈ ਚੰਗੀ ਜੀ ਹੋਰ, ਤਦ ਤੱਕ ਲਈ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਇਹ ਗੱਲ ਕੀ ਆ, ਕਿਉਂ ਨਹੀਂ ਕਰਦੇ ਚੈਨਲ ਸਬਸਕ੍ਰਾਈਬ, ਇਹ ਗੱਲ ਕੀ ਆ।